ਜਸਬੀਰ ਮੰਡ ਦਾ ਨੋਵਲ ਹੈ ਬੋਲ ਮਰਦਾਨਿਆਂ ਪਹਿਲਾ ਕਾਂਡ ਧੁੱਪ ਨੇ ਹਵਾ ਦਾ ਸੁਭਾਅ ਬਦਲ ਦਿੱਤਾ ਸੀ ਸਿਆਲੂ ਦੁਪਹਿਰ ਦੀ ਧੁੱਪ ਵਿੱਚੋਂ ਲੰਘਦੇ ਬੁੱਲੇ ਤਲਵੰਡੀ ਦੀ ਮਿੱਟੀ ਨੂੰ ਛੋ ਕੇ ਪਹਿਲਾਂ ਕੋਸੇ ਹੁੰਦੇ ਫਿਰ ਅੱਗੋਂ ਦੂਰ ਪਹਾੜਾਂ 'ਚ ਜਾ ਠਰ ਜਾਂਦੇ ਹਵਾ ਤਾਂ ਮੌਸਮਾਂ ਦੀ ਹਜ਼ੂਰੀ 'ਚ ਵਗਦੀ ਰਹਿੰਦੀ ਹੈ ਇਹ ਤਾਂ ਚਾਨਣ ਤੋਂ ਬਿਨਾਂ ਆਕਾਰਾਂ ਦੀ ਗੈਰ ਹਾਜ਼ਰੀ ਵਿੱਚ ਵੀ ਵਗਣਾ ਨਹੀਂ ਭੁੱਲਦੀ ਮਰਦਾਨਾ ਅੱਜਕੱਲ੍ਹ ਅਜੇ عجیب ਖਿਆਲਾਂ 'ਚ ਗੁੰਮਿਆ ਤਲਵੰਡੀ ਦੀਆਂ ਗਲੀਆਂ 'ਚ ਘੁੰਮਦਾ ਫਿਰਦਾ ਦਿਸਦਾ ਸੀ। ਕੁਝ ਬਾਹਰ ਨਹੀਂ ਸੀ ਰਿਆ ਘੜਤਾ ਬੁਣਤਾ ਨਾਲ ਅਨਬੰਨ ਚੱਲ ਰਹੀ ਸੀ। ਚਿੱਤ ਦੇ 'ਚ ਫੇਰ ਇੱਕ ਗੂੰਜ ਰਹਿੰਦੀ। ਅੱਖਾਂ ਅੱਗੇ ਇੱਕ ਚਲਕਾਰਾ ਜਿਹਾ ਲੰਘਦਾ ਪਰ ਉਹ ਸੁਰੀਲੀ ਆਵਾਜ਼ ਨਾ ਸੁਣਦੀ ਜੋ ਕੋਸੀ ਹਵਾ ਦੇ ਸਾਹਾਂ ਦੇ ਨਿਰਲੇਪ ਪਲੜੇ ਝੁਕਾ ਦਿੰਦੀ ਸੀ। ਸ਼ਾਇਦ ਇਸੇ ਕਰਕੇ ਉਹ ਸਾਜ਼ ਵੀ ਹੁਣ ਚੁੱਪ ਸੀ। ਮਹੀਨੇ ਲੰਘ ਗਏ ਸਨ ਆਪਣੇ ਆਪ ਤੇ ਹਰਖਾਉਂਦਾ ਸੀ। ਉਹਨੇ ਆਪਣੇ ਮਿੱਤਰ ਦੇ ਜਾਣ ਨੂੰ ਵਿਦਾਈ ਕਿਉਂ ਬਣਨ ਦਿੱਤਾ ਜੈਰਾਮ ਨੇ ਤਾਂ ਇੰਨਾ ਹੀ ਕਿਹਾ ਸੀ ਤੁਸੀਂ ਚੱਲੋ ਹੁਣ ਮੈਂ ਤੇ ਨਾਨਕ ਇਥੋਂ ਇਕੱਲੇ ਸੁਲਤਾਨਪੁਰ ਜਾਵਾਂਗੇ ਇਹ ਲਫ਼ਜ਼ ਤਾਂ ਉਹਨਾਂ ਲਈ ਸਨ ਜਿਨ੍ਹਾਂ ਨੇ ਉਹ ਤੋਂ ਵਿਛੜਨ ਦੀ ਵਿਵਸਥਾ ਕੀਤੀ ਸੀ ਇਥੋਂ ਤਲਵੰਡੀ ਵੱਲ ਵਾਪਸੀ ਮਾਤਾ ਕਾਲੂ ਚਾਚੇ ਲਾਲੂ ਤੇ ਮਾਤਾ ਤ੍ਰਿਪਤਾ ਦੀ ਹੋਣੀ ਚਾਹੀਦੀ ਸੀ ਉਹ ਕਿਉਂ ਵਾਪਸ ਮੁੜਿਆ ਆਇਆ ਸੀ ਉਹਨੇ ਵਿਛੋੜਾ ਕਿਹੜੀ ਗੱਲਾਂ ਸਹੇੜਿਆ ਅੱਜਕੱਲ ਆਪਣੇ ਆਪ ਨੂੰ ਜਾਇ ਬੜੇ ਸਵਾਲ ਸੁਣਦੇ ਸਨ ਕਿਸੇ ਨੇ ਨਾਨਕ ਨੂੰ ਭੇਜਨ ਚ ਆਪਣੇ ਜਿੱਤ ਸਮਝੀ ਕਿਸੇ ਨੇ ਆਪਣੇ ਨਾਲ ਤੋਰਨ ਚ غرور ਕੀਤਾ ਸੀ ਪਰ ਉਹਨੇ ਉਹਦੇ ਵੱਲ ਕਿਸੇ ਨੇ ਧਿਆਨ ਨਹੀਂ ਸੀ ਦਿੱਤਾ ਸਾਈ ਵੀ ਆਪਣੇ ਪ੍ਰੇਮ ਚ ਸੁਲਤਾਨਪੁਰ ਵੱਲ ਝੁੱਕ ਗਿਆ ਸੀ ਜਾਣ ਵੇਲੇ ਉਹਨੇ ਇੱਕ ਵਾਰੀ ਵੀ ਪਲਟ ਕੇ ਨਹੀਂ ਸੀ ਵੇਖਿਆ ਜਿਨ੍ਹਾਂ ਨੇ ਉਹਨੂੰ ਭੇਜਿਆ ਸੀ ਉਹਨਾਂ ਨੂੰ ਵੀ ਉਹਦੀ ਇਹ ਹਰਕਤ ਚੰਗੀ ਨਹੀਂ ਸੀ ਲੱਗੀ ਪਰ ਮਰਦਾਨਾ ਅਖੀਰ ਤੱਕ ਉਹਨੂੰ ਵੇਖਦਾ ਰਿਹਾ ਅੱਗੇ ਟਿੱਬੀਆਂ ਦੀਆਂ ਕਤਾਰਾਂ ਨੇ ਪਗ ਡੰਡੀ ਘੁੱਟ ਲਈ ਤੇ ਉਹ ਦਿਸ ਨੂੰ ਹਟ ਗਏ ਕੁਝ ਪਲਾਂ ਬਾਅਦ ਮਰਦਾਨੇ ਨੂੰ ਕੁਝ ਹੋਇਆ ਸੀ ਤੇ ਉਹ ਸ਼ਾਂਤ ਉਸੇ ਜਗ੍ਹਾ ਖੜ ਕੇ ਇੰਤਜ਼ਾਰ ਕਰਨ ਲੱਗਾ ਉਹ ਮਹਿਤਾ ਕਾਲੂ ਦੇ ਪਰਿਵਾਰ ਨਾਲ ਪਿੰਡ ਵੱਲ ਨਾ ਮੁੜਿਆ ਉਹਨਾਂ ਕਿਹਾ ਵੀ ਸੀ ਪਰ ਉਹ ਮੁੜਿਆ ਆਪਣੀ ਮਰਜ਼ੀ ਨਾਲ ਸੀ ਤਲਵੰਡੀ ਜਾਣ ਵੇਲੇ ਅਜੇ ਆ ਵੈਰਾਗ ਪਹਿਲਾਂ ਕਦੇ ਨਹੀਂ ਸੀ ਚੜਿਆ ਇਹੋ ਸੀ ਉਹ ਗੋਲ ਪਿੱਠ ਵਾਲੀ ਟਿੱਬੀ ਜਿੱਥੋਂ ਜੈਰਾਮ ਤੇ ਨਾਨਕ ਸੁਲਤਾਨਪੁਰ ਵੱਲ ਤੁਰੇ ਸਨ ਇਸ ਤੋਂ ਅੱਗੇ 베ਰੀਆਂ ਦੇ ਝੁੰਡੋਲੇ ਉਹ ਦੀ ਗੁਪਤ ਕੁਟਿਆ ਸੀ ਜਿਹਦਾ ਸਿਰਫ ਉਹਨੂੰ ਹੀ ਪਤਾ ਸੀ ਤਾਂ ਹੀ ਤਾਂ ਪਲਾਂਚੋ ਲੱਭ ਲੰਦਾ ਸੀ ਉਹ 베ਰੀਆਂ ਤੋਂ ਪਾਰ ਉਸ ਚੌਂਪੜੀ ਕੋਲ ਪਹੁੰਚਿਆ ਇਸ ਤੋਂ ਅੱਗੇ ਜਿਵੇਂ ਉਜਾੜਾ ਮੁੱਕ ਜਾਂਦੀਆਂ ਸਨ ਇੱਕ ਛੋਟਾ ਜਿਹਾ ਪੰਛੀ ਕੁਟਿਆ ਚੋਂ ਨਿਕਲ ਉੱਡਿਆ ਅੰਦਰ ਪਿਆ ਸਾਈ ਦੇ ਹੱਥ ਦਾ ਬਣਿਆ ਇੱਕ ਤਾਰਾ ਉਹਨੇ ਛੋਟੇ ਛੋਟੇ ਸੁਰਾਂ ਨਾਲ ਜਗਾਇਆ ਨਿੱਕੇ ਨਿੱਕੇ 베ਰਵੇ ਉਹਦੇ ਚੇਤੇ ਚ ਸੱਜਰੇ ਹੋਣ ਲੱਗੇ ਤਾਂ ਹੀ ਤਾਂ ਇਸ ਜਗ੍ਹਾ ਦਿਨ ਚ ਇੱਕ ਵਾਰ ਆਏ ਬਿਨਾਂ ਨਹੀਂ ਸਰਦਾ ਤੁ ਫੇਰੇ ਫਿੱਕੇ ਜਾਮਣੀ ਰੰਗਾਂ ਦਾ ਫੈਲਿਆ ਉਚਾਣਾ ਨਿਵਾਣਾ ਦਾ ਖੇੜਾ ਆਪਣੀਆਂ ਹੀ ਕਤਾਰਾਂ 'ਚ ਰਚਿਆ ਦਿਸ ਰਿਹਾ ਸੀ ਝੌਂਪੜੀ ਅੱਗੇ ਪਈ ਪੱਥਰਾਂ 'ਚੋਂ ਹਾਲੇ ਵੀ ਮਿੱਟੀ ਦੀ ਗੰਧ ਆ ਰਹੀ ਸੀ ਹਾਲੇ ਮਿੱਟੀ ਦੀ ਤਸਵੀਰ ਉਨ੍ਹਾਂ 'ਚ ਗਈ ਨਹੀਂ ਸੀ ਥਾਵਾਂ ਨਾਲ ਸ਼ਾਇਦ ਭਾਵਨਾ ਬਦਲ ਜਾਂਦੀ ਹੈ ਇਸ ਕੁਟਿਆ 'ਚ ਤਲਵੰਡੀ 'ਚ ਵਾਪਰੀਆਂ ਦੁਖਦ ਘਟਨਾਵਾਂ ਬਾਰੇ ਗੱਲ ਕਦੇ ਨਹੀਂ ਸੀ ਹੋਈ ਉਹ ਕਿਸੇ ਰੰਗ 'ਚ ਰੰਗਿਆ ਬਹੁਤੀ ਕੋਮਲ ਸੰਵਾਦ ਕਰਦਾ ਕਰਦਾ ਲੀਨ ਹੋ ਜਾਂਦਾ ਸੀ ਚਾਹੇ ਉਹ ਮੱਜਾਂ ਦੁਆਰਾ ਉਜਾੜੀ ਖੇਤੀ ਸੀ ਚਾਹੇ ਸੱਚੇ ਸੌਦੇ ਦਾ ਰੌਲਾ ਚਾਹੇ ਘਰ ਤੋਂ ਸਾਰਾ ਦਿਨ ਬਾਹਰ ਰਹਿਣ ਦਾ ਝਗੜਾ ਸੀ ਇੱਥੇ ਜਈ ਕੋਈ ਵੀ ਗੱਲ ਪੁੱਛਣੀ ਬੇਵਕਤ ਜਾਪਦੀ ਸੀ ਇਥੋਂ ਹੀ ਦੋ ਟਿੱਬੀਆਂ ਵਿੱਚ ਦੀ ਲੰਘਦੀ ਇੱਕ ਬਰੀਕ ਧਾਰ ਸੀ ਜਿਸ ਤੋਂ ਦੂਰ ਤਲਵੰਡੀ ਦੇ ਫੈਲੇ ਖੇਤਾਂ ਨੂੰ ਵੇਖਿਆ ਜਾ ਸਕਦਾ ਸੀ ਇਹੋ ਵਿਥ ਸੀ ਜਿਸ ਰਾਹੀਂ ਕਦੇ-ਕਦੇ ਹਵਾ ਨਾਲ ਦੂਰ ਖੇਤਾਂ ਦੀ ਕੋਈ ਆਵਾਜ਼ ਸੁਣਦੀ ਹਲੇ ਸੱਚੇ ਸੌਦੇ ਵਾਲੀ ਗੱਲ ਠੰਡੀ ਨਹੀਂ ਸੀ ਪਈ ਇੱਕ ਦਿਨ ਸੰਤ ਰੇਣ ਲਬਦਾ ਪਿੰਡ ਆ ਪਹੁੰਚਿਆ ਸੀ ਮੈਨੂੰ ਉਹ ਝਲਕ ਵਿਖਾਉ ਵੱਡੇ ਤੜਕੇ ਨੂੰ ਦੋਵੇਂ ਜਦੋਂ ਜਦੋਂ ਇੱਥੇ ਪਹੁੰਚੇ ਤਾਂ ਨਾਨਕ ਚੌਂਪੜੀ ਅੰਦਰ ਹੀ ਬੈਠਾ ਸੀ ਤੇਰੇ ਵਿਰਾਗ ਨੂੰ ਦੇਖਦਿਆਂ ਹਨੇਰਾ ਹੋ ਗਿਆ ਵਿਰਾਗ ਦਾ ਵੀ ਚਾਨਣ ਹੁੰਦਾ ਹੈ ਦੀਵਾ ਬਾਲ ਬੈਰਾਗੀ ਆ ਸੰਤ ਰੇਣ ਉੱਤਰ ਸੁਣ ਹਨੇਰੇ 'ਚ ਹੀ ਖੜਾ ਰਿਹਾ ਉਹ ਹੱਸਦਾ ਜਾਪ ਰਿਹਾ ਸੀ ਸੰਤ ਰੇਣ ਨੇ ਵਿਛੜਨ ਨੂੰ ਜਸ਼ਨ ਬਣਾ ਲਿਆ ਸੀ ਪਰ ਉਹਨੂੰ ਵਿਛੜ ਕੇ ਇੱਕੀ ਹੋ ਗਿਆ ਸੀ ਉਦੋਂ ਅਜੇ ਆਕੀ ਵਾਪਰਿਆ ਸੀ ਜੋ ਵਿਛੜਣਾ ਨਹੀਂ ਸੀ ਬਣਿਆ ਉਹ ਚੌਂਪੜੀ ਤੋਂ ਬਾਹਰ ਆਇਆ ਸੰਤ ਰੇਣ ਦੇ ਵਾਪਸੀ ਵਾਲੇ ਰਾਹ ਨੂੰ ਨਿਹਾਰਿਆ ਪਰ ਬੈਰਾਗ ਉਦਾਸ ਹੀ ਰਿਹਾ ਸੰਤ ਰੇਣ ਵਾਂਗ ਜਸ਼ਨ ਦਾ ਕੋਈ ਚਸ਼ਮਾ ਨਹੀਂ ਫਟਿਆ ਹੁਣ ਇੱਕ ਵਾਰ ਫੇਰ ਤਲਵੰਡੀ ਵੇਖਣਾ ਪੈਣਾ ਸੀ ਉਸੇ ਗਲੀ ਵਿੱਚੋਂ ਦੀ ਲੰਘਣਾ ਪੈਣਾ ਸੀ ਜਿੱਥੇ ਸਾਈ ਦਾ ਘਰ ਸੀ ਅੱਜਕੱਲ ਬੀਬੀ ਨਾਨਕੇ ਵੀ ਆਈ ਹੋਈ ਸੀ ਬੀਬੀ ਨਾਨਕੀ ਦੇ ਮੂੰਹੋਂ ਉਹਦੇ ਬਾਰੇ ਸੁਣਨ ਲਈ ਪਹਿਲਾਂ ਆਪਣੇ ਆਪ ਨੂੰ ਤਿਆਰ ਕਰਨਾ ਪੈਣਾ ਸੀ। ਉਹਨੇ ਲੰਬੇ-ਲੰਬੇ ਸਾਂ ਬਾਹਰ ਕੱਢੇ ਜਿਨ੍ਹਾਂ 'ਚ ਵਿਛੋੜੇ ਦਾ ਭਾਰਾਪਣ ਸੀ। ਦੇਹ ਨੂੰ ਨਾਜ਼ਕ ਬਣਾਉਣ ਨੂੰ ਜੀ ਕੀਤਾ। ਹੁਣ ਉਹਦੇ ਚੁਫੇਰੇ ਖੇਤ ਸਨ। ਆਲੇ-ਦੁਆਲੇ ਮਹਿਤਾ ਕਾਲੂ ਦੇ ਖੇਤਾਂ ਦੀਆਂ ਕਤਾਰਾਂ ਸਨ। ਇਹਨਾਂ ਖੇਤਾਂ ਦੀ ਮਿੱਟੀ 'ਤੇ ਫਿਰਦਿਆਂ ਉਹਨੇ ਕੰਵਾਰ ਦਿਸਿਆ ਸੀ। ਉਹ ਸਾਹਮਣੇ ਚਰਾੰਦਾ ਤੂਤਰ ਦੀਆਂ ਟਲਾਣਾ ਸਨ। ਜਿਨ੍ਹਾਂ ਤੋਂ ਉਤਰਦਾ ਉਹ ਅਕਸਰ ਦਿਸਪੈਂਦਾ ਸੀ। ਇਹਨਾਂ ਤੋਂ ਅੱਗੇ ਕੁਟੀਆਂ ਨੂੰ ਜਾਂਦੀ ਪੈੜਚਾਲ ਸੀ ਜਿਸ ਤੇ ਅੱਜਕੱਲ ਨੰਗੇ ਪੈਰੀਂ ਤੁਰਨ ਨੂੰ ਜੀ ਕਰਦਾ ਇੱਕ ਵਾਰ ਫੇਰ ਉਹਨੇ ਖੜ ਕੇ ਉਹਨਾਂ ਖੇਤਾਂ ਵੱਲ ਵੇਖਿਆ ਜਿੱਥੇ ਕੰਮ ਕਰਦੇ ਵਕਤ ਮਿੱਟੀ ਚ ਇੱਕ ਤਰਾਨਾ ਜਾਗਦਾ ਸੀ ਆਸ-ਪਾਸ ਦੀ ਮਿੱਟੀ ਦੇ ਸੁਆਸ ਜਾਗ ਪੈਂਦੇ ਸਨ ਇਹਨਾਂ ਵੱਟਾਂ ਤੇ ਬੈਠ ਕੇ ਦੋਵਾਂ ਨੇ ਕਿੰਨੀ ਵਾਰ ਗਾਇਆ ਸੀ ਖੜੀਆਂ ਫਸਲਾਂ ਵੱਲ ਇਸ਼ਾਰੇ ਕਰ ਅੰਨ ਬਣਨ ਦੀ ਲਾਲਸਾ ਨੂੰ ਵਧਾਇਆ ਸੀ ਸਾਈਂ ਦੇ ਇਸ਼ਾਰਿਆਂ ਨਾਲ ਖੜੀਆਂ ਫਸਲਾਂ ਪੀਰਾਂ ਦੇ ਝੁੰਡ ਜਪਦੀਆਂ ਸਨ ਸ਼ਾਇਦ ਐਸੀ ਕਰਕੇ ਉਹਨੂੰ ਇੱਧਰ ਆਉਣੋਂ ਵਰਜ ਦਿੱਤਾ ਸੀ ਤਲਵੰਡੀ ਹੋਰ ਨੇੜੇ ਦਿਸਣ ਲੱਗਾ ਰਾਏ ਬੁਲਾਰ ਦੀ ਹਵੇਲੀ 'ਚੋਂ ਫਜ਼ਰ ਦੀ ਨਵਾਜ਼ ਦੀ ਆਵਾਜ਼ ਆ ਰਹੀ ਸੀ ਮਾਸਕੀ ਹਵੇਲੀ ਅੱਗੇ ਪਾਣੀ ਛਿੜਕ ਰਹੇ ਸਨ ਕੱਲ ਦੀਆਂ ਪੱਤਲਾਂ ਨੂੰ ਹਵਾ ਨੇ ਉਡਾ ਕੇ ਇੱਕ ਪਾਸੇ ਕਰਤਾ ਸੀ ਏਕ ਐਸੀ ਆਵਾਜ਼ ਜੋ ਸਿਰਫ ਖੁਕਮਜੀ ਬੋਲਦੀ ਸੁਣੀ ਸੀ ਅੱਜਕੱਲ ਕੋਮਲ ਹੋ ਪੁੱਛਦੀ ਹੈ ਮਰਦਾਨਿਆਂ ਆਪਣੇ ਸਾਈ ਦੇ ਘਰ ਚੱਲਿਆ ਰਾਏ ਬੁਲਾਰ ਦਾ ਇਹ ਪੁੱਛਣਾ ਬੜਾ ਸੁਆਦਲਾ ਲੱਗਦਾ ਸਜਰੇ ਪਾਣੀ ਨਾਲ ਹਵੇਲੀ ਅੱਗੇ ਦੀ ਮਿੱਟੀ ਮਹਿਕ ਰਹੀ ਸੀ। ਸਾਹਮਣੇ ਹਵੇਲੀ ਦੀ ਡਾਟ ਤੇ ਲਿਖੀਆਂ ਆਇਤਾਂ ਉੱਤੇ ਸਜਰੇ ਸੂਰਜ ਦੀਆਂ ਕਿਰਨਾਂ ਪੈ ਰਹੀਆਂ ਸਨ। ਇਸ ਡਾਟ ਥੱਲੇ ਸਾਈ ਨਾਲ ਬੜੇ ਸੰਵਾਦ ਹੋਏ ਸਨ। ਕਦੇ ਫਸਲਾਂ ਦਾ ਉਜਾੜਾ, ਕਦੇ ਕਾਜ਼ੀ ਨਾਲ ਵਿਵਾਦ। ਉਹ ਇੱਥੇ ਚੌਂਕੜੀ ਮਾਰ ਬੈਠ ਜਾਂਦਾ ਸੀ। ਉਹਦੀ ਉੱਪਰ ਵੱਲ ਉੱਠਦੀ ਉਂਗਲ ਨਾਲ ਆਇਤਾਂ ਦਾ ਰੰਗ ਹੋਰ ਗੂੜਾ ਦਿਸਦਾ। ਇੱਥੇ ਉਹਨੂੰ ਹਮੇਸ਼ਾ ਉਹਦੀਆਂ ਮਾਸੂਮ ਭੁੱਲਾਂ ਵਿੱਚ ਕੋਮਲਤਾ ਦਾ ਪਲੜਾ ਭਾਰੀ ਦਿਸਦਾ। ਉਹ ਤੇ ਨਾਨਕੀ ਜਦੋਂ ਵੀ ਉਹਦੇ ਵੱਲ ਵੇਖਦੀ ਤਾਂ ਅੱਖਾਂ ਸਕੀਆਂ ਸਕੀਆਂ ਜਾਪਦੀਆਂ ਕਿੰਨੀ ਵਾਰ ਸੋਚਿਆ ਸੀ ਉਹ ਕੋਈ ਭੇਦ ਕਿਉਂ ਨਹੀਂ ਖੋਲਦਾ ਬਸ ਦਵਾਰ ਖੋਲ ਦਿੰਦਾ ਉਸ ਚ ਵਹਿ ਕੇ ਕੁਝ ਪਤਾ ਹੀ ਨਹੀਂ ਸੀ ਲੱਗਦਾ ਹਵੇਲੀ ਸਾਹਮਣੇ ਉਹ ਵਡੇਰਿਆਂ ਦੀ ਮਸਜਿਦ ਚ ਰਾਈ ਬੁਲਾਰ ਆਪਣੇ ਪਰਿਵਾਰ ਨਾਲ ਨਮਾਜ਼ ਅਦਾ ਕਰਕੇ ਮੁੜ ਰਿਹਾ ਸੀ ਸਵੇਰ ਦੀ ਚਮਕ ਦੀ ਧੁੱਪ ਮਸਜਿਦ ਦੇ ਵੱਡੇ ਮিনারਾਂ ਉੱਪਰ ਲਿਸ਼ਕਾਰੇ ਮਾਰ ਰਹੀ ਸੀ ਅਜ ਮਰਦਾਨਾ ਰੁਕਿਆ ਨਹੀਂ ਸੀ ਉਸ ਤੋਂ ਅੱਗੇ ਦੋ ਵੱਡੇ ਮੰਦਰ ਸਨ ਇੱਕ ਚਬੁੱਤਾਂ ਦੀ ਪਰਮਾਰਸੀ ਦੂਜੇ ਅੱਗੇ ਵਿਹੜਾ ਖਾਲੀ ਪਿਆ ਸੀ ਪਰ ਅੱਜਕੱਲ ਤਲਵੰਡੀ ਉਹੋ ਜਿਹਾ ਨਹੀਂ ਜਾਪਦਾ ਜਿਹੋ ਜਿਹਾ ਉਹਦੇ ਨਾਲ ਘੁੰਮ ਕੇ ਜਾਪਦਾ ਸੀ ਹਰ ਜਗ੍ਹਾ ਕੁਝ ਖਾਲੀ ਦਿੱਸਦਾ ਸੀ ਹਰ ਥਾਂ ਤੇ ਕਿਸੇ ਦਾ ਹੋਣਾ ਗੈਰ ਹਾਜ਼ਰ ਦਿੱਸਦਾ ਸੀ ਹਾਲਾਂਕਿ ਉਹਦੀ ਯਾਦ ਬੜੀ ਮਿੱਠੀ ਸੀ ਪਰ ਜੋ ਸਵਾਦ ਮਿੱਠੇ ਨੂੰ ਚੱਖਣ ਚੋਂ ਆਉਂਦਾ ਉਹ ਨਹੀਂ ਸੀ ਆ ਰਿਹਾ ਹਲੇ ਇੱਕ ਮੋੜ ਹੋਰ ਆਉਣਾ ਜਿੱਥੋਂ ਦਾ ਘਰ ਦਿਸਣਾ ਸ਼ੁਰੂ ਹੋਣਾ ਸੀ ਇਸ ਗਲੀ 'ਚ ਸਰੀਰ ਨੂੰ ਨਾਜ਼ਕ ਬਣਨ ਲੱਗਿਆਂ ਦੇਰ ਨਹੀਂ ਲੱਗਦੀ ਇਸ ਤੋਂ ਅੱਗੇ ਪੈਰਾਂ ਨੂੰ ਆਪਣੀ ਹਜ਼ੂਰੀ 'ਚ ਤੁਰਨਾ ਆਉਂਦਾ ਸੀ ਇਸ ਗਲੀ 'ਚ ਸਾਈ ਨੇ ਹਰ ਖੰਡਨ ਨੂੰ ਸਵੀਕਾਰ ਦੀ ਤੌਰ 'ਚ ਮੁਕਤ ਕੀਤਾ ਸੀ ਇੱਥੇ ਅੱਖਾਂ ਦੇ ਸਮੂਹ ਨੇ ਉਹਦੇ ਵੱਲ ਤਿਰਛੀਆਂ ਸਵਾਲੀਆ ਨਜ਼ਰਾਂ ਨਾਲ ਚੱਕਿਆ ਸੀ ਪਰ ਇੱਕ ਮਸਤਾਨੀ ਚਾਲ ਹਵਾ ਵਾਂਗ ਇਸ ਰਾਹ ਤੇ ਤੁਰਦੀ ਰਹੀ ਸੀ ਸਾਹਮਣੇ ਸਾਈ ਦਾ ਘਰ ਦਿਸਣ ਲੱਗ ਪਿਆ ਸੀ ਦਰਵਾਜ਼ੇ ਸਾਹਮਣੇ ਦੌਲਤਾ ਮਾਸੀ ਖੜੀ ਸੀ ਫਿਰ ਉਹੀ ਆਵਾਜ਼ ਜਿਸ ਚੋ ਮਾਤਾ ਤ੍ਰਿਪਤਾ ਨੂੰ ਤੇਰੇ ਕਹਿ ਕੇ ਬੁਲਾਉਂਦੀ ਸੀ ਤੇਰੇ ਪੁੱਤ ਦਾ ਮਰਾਸੀ ਯਾਰ ਆਇਆ ਇਸ ਦੌਲਤਾ ਤੇ ਕਦੇ-ਕਦੇ ਤਰਸ ਆਉਂਦਾ ਕਿੰਨੀ ਵਾਰੀ ਸਾਈ ਨੂੰ ਲੱਭ ਕੇ ਲਈ ਸੀ ਫਿਕਰ ਚ ਭੱਜੀ ਵੀ ਫਿਰੀ ਘਰ ਘਰ ਆਵਾਜ਼ ਮਾਰਦੀ ਲੰਗੀ ਫਿਰ ਵੀ ਉਸ ਲੱਭੇ ਚੋ ਕੁਝ ਹੋਰ ਨਾ ਵੇਖ ਸਕੇ ਉਹ ਬਾਹੂ ਫੜੀ ਅੱਗੇ ਚੱਲਦੀ ਪਿਆਰ ਨਾਲ ਸਮਝਾਉਂਦੀ ਅਨੇਕਾਂ ਵਾਰ ਇਸ ਗਲੀ ਚੋ ਲੰਗੀ ਸੀ ਪਰ ਕਿਦੀ ਬਾਹ ਫੜੀ ਉਹ ਸੁਛੋ ਨੂੰ ਛੂ ਨਾ ਸਕੇ ਮਰਦਾਨਾ ਦੌਲਤਾਂ ਕੋਲੋਂ ਮੁਸਕਰਾਉਂਦਾ ਲੰਘਿਆ ਅੰਦਰ ਜਾ ਕੇ ਵੀ ਉਹ ਚੁੱਪ ਹੀ ਰਿਹਾ ਕੁਝ ਬੋਲਣ ਲਈ ਹੈ ਹੀ ਨਹੀਂ ਸੀ ਨਾ ਉਹ ਚਿਹਰਾ ਸੀ ਨਾ ਆਵਾਜ਼ ਜਿਸ ਅੱਗੇ ਫੁਰਨੇ ਫੁਰਦੇ ਸਨ ਉਹਨੇ ਦਲਾਨ ਪਾਰ ਕਰਦਿਆਂ ਮਾਤਾ ਦੀ ਆਵਾਜ਼ ਸੁਣੀ ਵੇ ਮਰਦਾਨਿਆਂ ਅੱਜ ਸਵੇਰੇ ਕਿਵੇਂ ਆਉਣਾ ਹੋਇਆ ਉਹ ਪੱਕਾ ਫਰਸ਼ ਪਾਰ ਕਰਕੇ ਵਿਹੜੇ ਦੀ ਉਸ ਕੱਚੀ ਮਿੱਟੀ ਕੋਲ ਜਾਣਾ ਚਾਹੁੰਦਾ ਸੀ ਜਿੱਥੇ ਬਚਪਨ ਚ ਸਾਈ ਦੇ ਖੇਡਣ ਦਾ ਘੇਰਾ ਸੀ ਬੀਬੀ ਨਾਨਕੀ ਅਜੇ ਦਿਸੀ ਨਹੀਂ ਸੀ ਅੱਜ ਬੋਲੇ ਅਰਨੀ ਤੂੰ ਅਮੀ ਤੇਤੋ ਇੱਕ ਗੱਲ ਪੁੱਛਣੀ ਸੀ ਤੂੰ ਤਾਂ ਪੁੱਛਾਂ ਦੱਸਣ ਵਾਲੇ ਤੋਂ ਪੁੱਛਦਾ ਹੀ ਰਹਿੰਦਾ ਸੀ ਹਲੇ ਥੱਕਿਆ ਨਹੀਂ ਤ੍ਰਿਪਤਾ ਦਾ ਉਦਾਸ ਚਿਹਰਾ ਹਲਕੀ ਜਿਹੀ ਕੁੜੱਤਨ ਜਾ ਆ ਗਿਆ ਸੀ ਮਰਦਾਨੇ ਦੀ ਚੁੱਪ ਵਿੱਚ ਉਹ ਵੀ ਆਪਣੇ ਕੰਮ ਲੱਗ ਗਈ ਵੇੜੇ 'ਚ ਤਾਂ ਸਭ ਕੁਝ ਓਵੇਂ ਹੀ ਸੀ ਪਰ ਉਹ ਨਹੀਂ ਸੀ ਉਹਦੀ ਸਿਆਹੀ ਵਾਲੀ ਦੁਆਤ ਨਾਲ ਕਲਮ ਕੋਲ ਕੁਝ ਪੱਤਰੇ ਪਏ ਸਨ ਕੰਧ ਉੱਤੇ ਸਿਆਹੀ ਦੇ ਛਿੱਟੇ ਦਿਸ ਰਹੇ ਸਨ ਉਹਦਾ ਇਸ ਘਰ 'ਚ ਇਸ ਤਰ੍ਹਾਂ ਆਉਣਾ ਤੇ ਚਲੇ ਜਾਣਾ ਭਾਵੇਂ ਇੱਕ ਸੁਭਾਵਕ ਜੀ ਗੱਲ ਸੀ ਪਰ ਅੱਜ ਉਹਨੂੰ ਆਪਣੇ ਲਈ ਅਜਿਆਂ ਨਹੀਂ ਸੀ ਲੱਗ ਰਿਆ। ਉਹਨੂੰ ਪਤਾ ਹੀ ਨਹੀਂ ਲੱਗਿਆ ਲੱਗਾ ਕਦੋਂ ਬੋਲਣ ਲੱਗਾ ਤੇ ਕਦੋਂ ਆਪਣਾ ਪੁੱਛਣਾ ਖਤਮ ਕਰਤਾ। ਜਦ ਸਾਈ ਪਹਿਲੀ ਵਾਰ ਤੁਰਿਆ ਕਿਹੋ ਜਿਹਾ ਲੱਗਿਆ ਸੀ। ਬਸ ਅਸੀਂ ਤਾਂ ਵੇੜੇ 'ਚ ਤੁਰਦਾ ਹੀ ਵੇਖਿਆ ਚੀਜ਼ਾਂ ਨੂੰ ਛੂਹੀ ਜਾਵੇ, ਛੱਡੀ ਜਾਵੇ, ਹੱਸੀ ਜਾਵੇ। ਮੁੜ ਕੇ ਤੇ ਗੋਡਿਆਂ ਭਾਰਨੀ ਵੇਖਿਆ। ਬੀਬੀ ਨਾਨਕੀ ਨੇ ਕਦੋਂ ਅੰਦਰੋਂ ਆ ਕੇ ਉੱਤਰ ਦੇਣਾ ਸ਼ੁਰੂ ਕੀਤਾ ਸੀ। ਪਤਾ ਹੀ ਨਹੀਂ ਲੱਗਿਆ। ਉਹ ਕੱਚੀ ਜਗ੍ਹਾ ਵੱਲ ਇਸ਼ਾਰੇ ਕਰਕੇ ਦੱਸ ਰਹੀ ਸੀ ਨਾ ਤੂੰ ਕਿਉਂ ਅੱਖਾਂ ਗਿੱਲੀਆਂ ਕਰੀ ਖੜਾ ਐ ਅੰਦਰੋਂ ਆਂਦੀ ਤ੍ਰਿਪਤਾ ਨੇ ਉਹਦੇ ਮੋਢੇ ਤੇ ਹੱਥ ਰੱਖਿਆ ਐਨਾ ਤੋ ਮਾਂ ਨਾਲ ਵੀ ਨਹੀਂ ਰਿਹਾ ਜਿੰਨਾ ਤੇਰੇ ਨਾਲ ਬਸ ਅੰਮੀ ਜੀਂ ਨਹੀਂ ਭਰਿਆ ਹਲੇ ਫਿਰ ਉਹਦੀਆਂ ਨਾਨਕੀ ਨਾਲ ਨਜ਼ਰਾਂ ਮਿਲੀਆਂ ਜੇ ਭੈਣ ਤੋਂ ਵੀ ਕੋਈ ਵੱਡਾ ਰਿਸ਼ਤਾ ਹੁੰਦਾ ਉਹਦੇ ਨਾਲ ਸੰਬੋਧਨ ਕਰਦਾ ਪਰ ਉਸੇ ਵੇਲੇ ਤ੍ਰਿਪਤਾ ਦਾ ਚਿਹਰਾ ਉਹਦੇ ਵੱਲ ਝਾਕਿਆ ਉਹ ਤਾਂ ਮਾਂ ਨੂੰ ਛੱਡ ਗਿਆ ਭੈਣ ਨੂੰ ਵੀ ਛੱਡ ਗਿਆ ਬੱਚਿਆਂ ਨੂੰ ਵੀ ਪਰ ਅੰਮੀ ਮੇਰੇ ਕੋਲ ਤਾਂ ਹੈ ਹੀ ਕੁਝ ਨਹੀਂ ਜੋ ਛੱਡ ਜਾਂਦਾ ਤੈਨੂੰ ਵੇਖ ਕੇ ਵੀਰ ਦਾ ਝੋਲਾ ਪੈਣ ਲੱਗ ਪੈਂਦਾ ਦੋਵਾਂ ਵਿਚਕਾਰ ਨਾਨਕੀ ਆਈ ਤੂੰ ਅੱਜ ਖਾਲੀ ਹੱਥ ਆਇਆ ਨਾਨਕੀ ਦਾ ਦੂਜਾ ਸਵਾਲ ਸੀ ਹਾਂ ਘੈਣ ਸ਼ਾਇ ਦੇਸੀਲੀ ਆਪਣਾ ਆਪਣੀ ਚੱਲਦਾ ਉਚੁੱਪ ਚਾਪ ਘਰੋਂ ਵਾਪਸ ਤੁਰ ਪਿਆ ਜਾ ਪਿਆ ਸੀ ਬੀਬੀ ਪਿੱਛੋਂ ਆਵਾਜ਼ ਮਾਰੇਗੀ ਖਾਲੀ ਹੱਥ ਨਾ ਆਇਆ ਕਰ ਸਾਜ਼ ਨਾਲ ਤੂੰ ਵੀਰ ਦੇ ਹੋਰ ਨੇੜੇ ਜਾਪਦਾ ਪਿੱਛੇ ਮੁੜ ਕੇ ਵੇਖਿਆ ਨਾਨਕੀ ਸੱਚਮੁੱਚ ਦੇਲੀ ਤੇ ਖੜੀ ਸੀ ਜੋ ਕੁਝ ਬੀਬੀ ਨੇ ਕਿਹਾ ਸੀ ਉਹਦੇ 'ਚ ਹੋਰ ਕੁਝ ਵੀ ਨਹੀਂ ਸੀ ਜੋੜਿਆ ਜਾ ਸਕਦਾ ਹਵਾ ਥੋੜੀ ਹੋਰ ਤੇਜ਼ ਹੋ ਗਈ ਸ਼ਾਇਦ ਕਿਸੇ ਦੀ ਹਜ਼ੂਰੀ ਦੇ ਸੁਨੇਹੇ ਲੈ ਕੇ ਜਾਣੇ ਹੋਣ ਉਹਨੇ ਦੋਵੇਂ ਹੱਥ ਜੋੜ ਕੇ ਅਲੱਗ-ਅਲੱਗ ਕੀਤੇ ਕੁਝ ਛੋਰਿਆ ਸੀ ਕੁਝ ਵਗ ਰਿਹਾ ਸੀ ਪਰ ਦਿਸ ਨਹੀਂ ਸੀ ਰਿਹਾ ਬੁੱਲਾਂ 'ਤੇ ਥੋੜੀ ਜੀ ਮੁਸਕਾਨ ਆਈ ਜੋ ਨਹੀਂ ਜੋ ਉਹ ਪੁੱਛ ਕੇ ਆਇਆ ਸੀ ਇਹ ਗੱਲ ਇਸ ਤਰ੍ਹਾਂ ਕਹਿਣ ਲਈ ਤਾਂ ਸੋਚਿਆ ਵੀ ਨਹੀਂ ਸੀ ਪਰ ਨਜ਼ਰਾਂ ਦੀ ਹਲੀਮੀ ਚ ਇਸ ਤਰ੍ਹਾਂ ਇੱਕ ਗਲੀ ਉਹਦੇ ਨਾਲ ਸਹਿਮਤ ਜਾਪੀ ਸੀ। ਉਹਦਾ ਅੰਦਰ ਥੋੜਾ ਸਰੂਰਿਆ ਗਿਆ ਸੀ। ਪਤਾ ਨਹੀਂ ਲੱਗਾ ਕਦੋਂ ਡੂਮਾਂ ਦਾ ਖੂਹ ਵੀ ਆ ਗਿਆ। ਉਹੀ ਕੱਚਾ ਥੜਾ ਜਿਸ ਤੇ ਕਿੰਨੀ ਵਾਰੀ ਸਾਈ ਨੂੰ ਬੈਠਾ ਵੇਖਿਆ ਸੀ ਜਿਹਦੀ ਹਾਜ਼ਰੀ ਚ ਚਫੇਰਾ ਪ੍ਰੇਮ ਦੀ ਭੂਮਿਕਾ ਚ ਬਦਲ ਜਾਂਦਾ ਸੀ। ਉਥੜੇ ਦੇ ਹੋਰ ਨਜ਼ਦੀਕ ਪੁੱਜਾ ਬੱਦਲਵਾਈ ਹੋ ਗਈ ਸੀ। ਖੂਹ ਤੇ ਖੂਹ ਦੇ ਤਲ ਤੇ ਹਨੇਰਾ ਸੀ। ਅੰਦਰ ਵਾਰ ਉਕਰੀਆਂ ਆਇਤਾਂ ਦਿਸ ਨਹੀਂ ਸੀ ਰਹੀਆਂ। ਯਾਤਾਂ ਸਨ ਉੰਝ ਝੁੱਕ ਕੇ ਪੜਨ ਨੂੰ ਜੀ ਕੀਤਾ ਇਸੇ ਬਹਾਨੇ ਕਿਸੇ ਦੀ yaad ਸਜਦਾ ਵੀ ਹੋ ਜਾਣਾ ਸੀ ਧੰਨਵਾਦ ਚਲਦਾ